ਇਸ ਦਾੜੀनुमा ਜੜਾਂ ਦੇ ਵਿੱਚ ਅਜਿਹੇ ਕਰਾਮਾਤੀ ਗੁਣ ਨੇ ਕਿ ਘਰ ਦੇ ਵਿੱਚ ਲੜਾਈ ਝਗੜੇ ਘਰਾਂ ਦੇ ਵਿੱਚ ਨਿੱਤ ਦੇ ਕਲੇਸ਼ ਜਿਹੜੇ ਉਹ ਖਤਮ ਹੋ ਸਕਦੇ ਨੇ ਅੱਛਾ ਇਸੇ ਲਈ ਤੁਸੀਂ ਕਹਿ ਰਹੇ ਸੀ ਕਿ ਅੱਜ ਤੁਹਾਨੂੰ ਇਸ ਤਰ੍ਹਾਂ ਦਾ ਫਾਰਮੂਲਾ ਦੇਣਾ ਹੈ ਫਿਰ ਇਹਦੇ ਨਾਲ ਕਲੇਸ਼ ਕਿਵੇਂ ਖਤਮ ਹੋਣਗੇ ਜੀ ਘਰ ਦੇ ਵਿੱਚ ਤੁਸੀਂ ਕਹਿ ਰਹੇ ਸੀ ਕਿ ਕਲੇਸ਼ ਖਤਮ ਹੋ ਜਾਣਗੇ ਲੜਾਈ ਝਗੜੇ ਖਤਮ ਹੋ ਜਾਣਗੇ ਹੁਣ ਦੱਸ ਦਿਆਂ ਜੀ ਦੀ ਦਾੜੀ ਹੈ ਜਿਹੜਾ ਇਹ ਅੱਜ ਕੱਲ ਵੇ ਔਲਾਦ ਜੋੜੇ ਉਹਨਾਂ ਦੇ ਔਲਾਦ ਨਹੀਂ ਹੁੰਦੀ ਉਹਨਾਂ ਬਾਸਤੇ ਇਹ ਵਰਦਾਨ ਚੀਜ਼ ਹੈ ਜੀ ਅਗਰ ਬੰਦੇ ਨੂੰ ਵਰਤਣੀ ਆ ਜਾਵੇ ਵੀ ਕਿਵੇਂ ਵਰਤਣੀ ਹੈ ਪੁਰਾਣੇ ਬਜ਼ੁਰਗ ਪ੍ਰਾਣੀਆਂ ਦਾਈਆਂ ਜਾਂ ਪ੍ਰਾਣੀਆਂ ਦਾਦੀਆਂ ਇੱਕ ਆਮ ਇਹ ਕੁੱਟ ਕੇ ਜੜੀਆਂ ਹੈਗੀਆਂ ਆਪਣੀਆਂ ਨੋਹਾਂ ਨੂੰ ਦੰਦੀਆਂ ਹੁੰਦੀਆਂ ਸੀ ਸਿਰਫ ਤੁਸੀਂ ਇਹ ਘੈਲੋ ਵੀ ਇਹਨੂੰ 8-10 ਦਿਨ ਖਾ ਕੇ ਹੀ ਔਲਾਦ ਪੈਦਾ ਹੋ ਜਾਂਦੀ ਹੈ ਗਰਭ ਧਾਰਨ ਹੋ ਜਾਂਦਾ ਹੈ ਤੁਹਾਡੇ ਕੋਲ ਕੋਈ ਆਵੇ ਕੋਈ ਬੰਦਾ ਆਵੇ ਜਾਂ ਜਨਾਨੀ ਆਵੇ ਉਹਦੀ ਨਬਜ਼ ਦੇਖ ਕੇ ਤੁਸੀਂ ਦੱਸ ਸਕਦੇ ਹੋ ਕਿ ਇਹਦੇ ਚ ਫਾਲਟ ਹੈ ਜਾਂ ਬੰਦੇ ਚ ਫਾਲਟ ਹੈ ਬਿਲਕੁਲ ਪਤਾ ਲੱਗਦਾ ਜੀ 100% 100% ਪਤਾ ਲੱਗਦਾ ਹੈ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਘੁੰਮ ਕੇ ਲੱਖਾਂ ਰੁਪਏ ਲਾ ਕੇ ਨਾ ਉਹਨਾਂ ਨੂੰ ਫਿਰ ਆ ਕੇ ਉਹੀ ਕੁਦਰਤ ਦੇ ਦਰ ਤੇ ਹੀ ਜਿਹੜੀ ਹੈਗੀ ਖੈਰ ਮੰਗਣੀ ਪੈਂਦੀ ਹੈ ਉਹ ਖੈਰ ਉੱਥੋਂ ਹੀ ਪੈਂਦੀ ਹੈ ਕਹਿੰਦੇ ਆ ਵੀ ਜਿੱਥੇ ਸਾਇੰਸ ਖਤਮ ਹੁੰਦੀ ਹੈ ਨਾ ਉੱਥੇ ਕੁਦਰਤ ਉੱਥੋਂ ਸ਼ੁਰੂ ਹੁੰਦੀ ਹੈ ਕੁਦਰਤ ਐਡੀ ਮਹਾਨ ਹੈ ਇਹ ਸਰ ਸ਼ਿਵਲਿੰਗੀ ਬੀਜ ਹੈ ਕਿਹੜਾ ਬੀਜ ਜੀ ਸ਼ਿਵਲਿੰਗੀ ਬੀਜ ਇਹ ਪੁੱਤਰ ਜੀਵਕ ਹੈ ਠੀਕ ਨਾ ਹੈ ਜੀ ਪੁੱਤਰ ਜੀਵਕ ਜਿਹਦਾ ਨਾਂ ਐ ਇੰਨਾ ਪਵਿੱਤਰ ਐ ਰੂਹ ਐ ਤੁਸੀਂ ਉਹ ਇਹ ਕਹਿ ਲਓ ਵੀ ਤੁਸੀਂ ਉਹ ਾਲਾਦ ਪੈਦਾ ਕਿਵੇਂ ਨਹੀਂ ਕਰੋਗਾ ਬੱਚਾ 컨ਸੀਵ ਵੀ ਹੋ ਜਾਂਦਾ ਪਰ ਬਾਰ ਬਾਰ ਜਿੰਨਾ ਔਰਤਾਂ ਦੇ ਗਰਭ ਠਹਿਰ ਹੋਈ ਨਹੀਂ ਹੁੰਦਾ ਠਹਿਰ ਕੇ ਖਰਾਬ ਹੋ ਜਾਂਦਾ ਜੋ ਤਿੰਨ ਮਹੀਨੇ ਬਾਅਦ ਮੈਂ ਕਹਿੰਦਾ ਭੰਗ ਦੇ ਬੀਜ ਇੱਕ ਮਹੀਨਾ ਖਲਾਦੋ ਖਾਲੀ ਪੇਟ ਇੱਕ ਗ੍ਰਾਮ ਜੇ ਮੁੜ ਕੇ ਗਰਭ ਬਾਤ ਹੋ ਗਿਆ ਤੁਸੀਂ ਤਾਂ ਕੋਈ ਤੁਸੀਂ ਪੁਰਾਣੇ ਸਮੇਂ ਚ ਸੁਣਿਆ ਨਹੀਂ ਸੀ ਕਿਵੇਂ ਇੱਕ ਇੱਕ ਦੇ ਹੈਗੇ ਜੋੜੇ ਦੇ 8 8 9 9 ਜਵਾਕ ਹੁੰਦੇ ਸੀਗੇ ਉਹ ਕੀ ਗੱਲ ਆ ਜੀ ਉਹ ਲੋਕ ਕੁਦਰਤ ਨਾਲ ਬਹੁਤ ਜੁੜੇ ਹੋਏ ਸੀਗੇ ਅੱਜ ਕੱਲ ਜਿਹੜੇ ਦਾੜੀ ਦੀ ਕਮਾਲ ਕਰਦੇ ਸੀ ਦਾੜੀ ਕਮਾਲ ਕਰਦੇ ਕਮਾਲ ਕਰਦੀ ਸੀ ਦਾੜੀ ਜੀ ਇਹ ਠੀਕ ਹੈ ਜੀ ਉੱਥੇ ਆ ਕੇ ਇਹਦਾ ਐਡਾ ਮਹਾਨ ਰੋਲ ਆ ਨਾ ਇਹ ਐਗ ਜਿਨ੍ਹਾਂ ਦੇ ਓਬਮ ਐਗ ਬਣਦਾ ਵੀ ਨਹੀਂ ਸਹੀ ਢੰਗ ਨਾਲ ਬਣਦਾ ਨਹੀਂ ਹੈਗਾ ਜਾਂ ਕਈ ਕਹਿੰਦੇ ਨੇ ਵੀ ਸਾਡੇ ਆਂਡੇ ਨਹੀਂ ਬਣਦੇ ਜਾਂ ਆਂਡਾ ਪੂਰਾ ਮੈਚ्योर ਨਹੀਂ ਹੁੰਦਾ ਜਾਂ ਉਹਦੇ ਵਿੱਚ ਪੂਰੀ ਜਾਨ ਨਹੀਂ ਹੈਗੀ ਤਾਕਤ ਨਹੀਂ ਜਾਂ ਆਂਡੇ ਬਣਦਾ ਬਹੁਤ ਘੱਟ ਹੈ ਠੀਕ ਹੈ ਜੀ ਜਦ ਬਣਦਾ ਤੀਜੇ ਚੌਥੇ ਮਹੀਨੇ ਜਾ ਕੇ ਹੈ ਓਵਿਲੇਸ਼ਨ ਪੂਰਾ ਸਹੀ ਢੰਗ ਨਾਲ ਨਹੀਂ ਹੁੰਦਾ ਇਹ ਉਹਦੇ ਵਾਸਤੇ ਤੁਸੀਂ ਇਹ ਕਹਿ ਲਓ ਵੀ ਇੱਕ ਤਰ੍ਹਾਂ ਦੀ ਅੰਮ੍ਰਿਤ ਵਰਗੀ ਬੂਟੀ ਹੈ ਜੀ ਔਲਾਦ ਤੁਸੀਂ ਕਹਿ ਲੋ ਵੀ ਔਲਾਦ ਇੱਕ ਚੀਜ਼ ਹੈ ਜੀ ਆ ਇਨਸਾਨ ساری ਉਮਰ ਜ਼ਿੰਦਗੀ ਕਮਾਉਂਦਾ ਪਰ ਜੇ ਉਹਦੇ ਘਰ ਔਲਾਦ ਨਹੀਂ ਹੁੰਦੀ ਤਾਂ ਉਹ ਘਰ ਉਹਦਾ ਤੁਸੀਂ ਇਹ ਕਹਿ ਲੋ ਵੀ ਇੱਕ ਤਰ੍ਹਾਂ ਦਾ ਉਜਾੜਾ ਕਾਜਮਣੇ ਵਾਲਾ ਕੰਮ ਹੈ ਉਹਦੇ ਘਰ ਦੇ ਵਿੱਚ ਸਾਡਾ ਵਿਆਹ ਤਾਂ ਤਾਜ਼ਾ ਤਾਜ਼ਾ ਦਾ ਵਿਆਹ ਹੋਇਆ ਜੀ ਤੇ ਸਾਨੂੰ ਤਾਂ ਹਜੇ 6 ਮਹੀਨੇ ਤਾਂ ਸਾਨੂੰ ਇੰਜੋਏ ਕਰਨਾ ਹੈ ਤੁਹਾਨੂੰ ਮੈਂ ਇਹ ਵੀ ਦੱਸਦਾ ਕਈ ਬੰਦੇ ਐਦਾਂ ਦੀ ਵੀ ਸੋਚ ਰੱਖਦੇ ਆ ਵੀ ਨਾ ਵੀ ਛੋਟੀਆਂ ਚੀਜ਼ਾਂ ਨਾਲ ਇਹਨਾਂ ਚੀਜ਼ਾਂ ਨਾਲ ਹੱਲ ਨਹੀਂ ਹੁੰਦੇ ਵੀ ਹਾਂ ਵੀ ਵੱਡੇ ਹਸਪੀਟਲਾਂ 'ਚ ਜਾਂ ਵੱਡੇ ਮੋٹے ਰੁਪਏ ਖਰਚ ਕੇ ਹੀ ਹੱਲ ਹੁੰਦੇ ਆ ਮੈਂ ਨਾ ਉਹ ਚੀਜ਼ਾਂ ਦਾ ਨਹੀਂ ਹੱਲ ਕਹਿੰਦੇ ਵੀ ਜਦੋਂ ਆਰਾਮ ਆਉਣਾ ਤਾਂ ਸਵਾਦ ਦੀ ਚੁਟਕੀ ਨਾਲ ਆ ਜਾਂਦਾ ਸਿਰਫ ਅਸੀਂ 11 ਦਿਨ ਇਹ ਖੁਲਾਉਨੇ ਆ ਜੀ ਇਹ ਤਾਂ ਲਗਭਗ ਜੀ ਤੁਸੀਂ ਇਹ ਕਹਿ ਲਓ ਵੀ 99% ਲੋਕਾਂ ਦੇ ਪ੍ਰੈਗਨੈਂਸੀ ਹੁੰਦੀ ਉਹ ਹੁੰਦੀ ਆ ਸਾਨੂੰ ਐਡਾ ਮਤਲਬ ਯਕੀਨ ਹੈ ਇਦਾਂ ਸਾਡਾ ਤਜਰਬਾ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਇਹ ਮੇਰੇ ਹੱਥ ਦੇ ਵਿੱਚ ਦਾੜੀ ਹੈ ਅਜਿਹੇ ਦਰਖਤ ਦੀ ਦਾੜੀ ਹੈ ਜਿਸ ਨੂੰ ਸਾਡੇ ਧਰਮਾਂ ਦੇ ਵਿੱਚ ਬਹੁਤ ਜ਼ਿਆਦਾ ਮਾਨਤਾ ਦਿੱਤੀ ਜਾਂਦੀ ਹੈ ਸਾਡੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਮੰਨਿਆ ਜਾਂਦਾ ਹੈ ਤੇ ਇਸ ਦਾੜੀ ਦੇ ਵਿੱਚ ਸਾਡੀ ਜ਼ਿੰਦਗੀ ਦੀ ਸਾਡੀ ਸਰੀਰ ਦੀਆਂ ਬਹੁਤ ਸਾਰੀਆਂ ਗੁੰਜਲਾਂ ਨੇ ਜਿਹੜੀਆਂ ਸੁੱਝ ਸਕਦੀਆਂ ਨੇ ਇਹ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਹੇ ਨੇ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਦ ਜਗਰੂਪ ਸਿੰਘ ਪੰਗੂ ਉਹਨਾਂ ਦਾ ਕਹਿਣਾ ਹੈ ਕਿ ਇਸ ਦਾੜੀनुਮਾ ਜੜਾਂ ਦੇ ਵਿੱਚ ਅਜਿਹੇ ਕਰਾਮਾਤੀ ਗੁਣ ਨੇ ਕਿ ਘਰ ਦੇ ਵਿੱਚ ਲੜਾਈ ਝਗੜੇ ਘਰਾਂ ਦੇ ਵਿੱਚ ਨਿੱਤ ਦੇ ਕਲੇਸ਼ ਜਿਹੜੇ ਉਹ ਖਤਮ ਹੋ ਸਕਦੇ ਨੇ ਕਿਵੇਂ ਖਤਮ ਹੋ ਸਕਦੇ ਨੇ ਕਿਸ ਤਰੀਕੇ ਨਾਲ ਖਤਮ ਹੋ ਸਕਦੇ ਨੇ ਇਹ ਜੜਾਂ ਚ ਕੀ ਇਸ ਤਰ੍ਹਾਂ ਦੀ ਖਾਸ ਚੀਜ਼ ਹੈਗੀ ਹੈ ਇਸ ਬਾਬਤ ਅਸੀਂ ਗੱਲਬਾਤ ਕਰ ਲੰਨੇ ਆ ਸਾਰੀ ਡਾਟ ਸਬ ਨਾਲ ਵੈਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਬਹੁਤ ਜਿਆਦਾ ਧੰਨਵਾਦ ਤੁਹਾਡਾ ਵੈਜੀ ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੈ ਤੁਸੀਂ ਕਹਿ ਰਹੇ ਹੋ ਕਿ ਇਹ ਆ ਮਾਮੂਲੀ ਜੜਾ ਨਹੀਂ ਹੈਗੀਆਂ ਇੱਕ ਅਜਿਹੇ ਦਰਖਤ ਦੀਆਂ ਜੜਾਂ ਨੇ ਜਿਹਨੂੰ ਜਿਹਦੀ ਮਾਨਤਾ ਪੂਰੀ ਦੁਨੀਆ ਦੇ ਵਿੱਚ ਹੈ ਜੀ ਦੇਖੋ ਆਪਾਂ ਕੋਈ ਵੀ ਕੰਮ ਕਰਦੇ ਆ ਆਪਾਂ ਹਰ ਚੀਜ਼ ਨੂੰ ਧਰਮ ਦੇ ਨਾਲ ਜੋੜ ਲੈਂਦੇ ਆ ਜੋ ਚੀਜ਼ ਸਾਨੂੰ ਸਾਨੂੰ ਫਲ ਦਿੰਦੀ ਹੈ ਸਾਨੂੰ ਕੋਈ ਸੇਧ ਦਿੰਦੀ ਹੈ ਹੁਣ ਆਪਾਂ ਗੱਲ ਕਰੀਏ ਵੀ ਮੰਨ ਲਓ ਵੀ ਭਲ ਠੀਕ ਹੈ ਜੀ ਪਿੱਪਲ ਇੱਕ ਐਡਾਕ ਮਹਾਨ ਆ ਜਿਹੜਾ ਸਾਨੂੰ 24 ਘੰਟੇ ਆਕਸੀਜਨ ਦਿੰਦਾ ਹੁਣ ਮੈਂ ਇੱਕ ਪਿੱਛੇ ਜੇ ਆਪਣੇ ਵੀਡੀਓ ਪਾਈ ਸੀਗੀ ਤੇ ਉੱਥੇ ਮੈਂ ਲੋਕਾਂ ਨੂੰ ਦੱਸਿਆ ਵੀ ਇਹ ਪ੍ਰੈਗਨੈਂਸੀ ਲਈ ਵਰਤੀ ਜਾਣ ਵਾਲੀ ਬਹੁਤ ਸਭ ਤੋਂ ਉੱਤਮ ਚੀਜ਼ ਹੈ ਜਿਹੜੀ ਬੂਟੀ ਆ ਤਾਂ ਉੱਥੇ ਬੜੇ ਲੋਕਾਂ ਨੇ ਸਵਾਲ ਕੀਤਾ ਵੀ ਇਹ ਜਿਹੜੀ ਪਿੱਪਲ ਦੀ ਦਾੜੀ ਹੈ ਪਿੱਪਲ ਦੇ ਤੋਂ ਦਾੜੀ ਹੁੰਦੀ ਹੋਣੀ ਮੇਰਾ ਵੀ ਸਵਾਲ ਇਹੀ ਹੈ ਜੀ ਲੋਕ ਕਹਿੰਦੇ ਆਂ ਆਮ ਅਸੀਂ ਬੋੜ ਦੇ ਦਾੜੀ ਦੇਖੀ ਆ ਪਿੱਪਲ ਦੇ ਨਹੀਂ ਦੇਖੀ ਪਰ ਜਿਹੜਾ ਸਿਆਣਾ ਜਿਹੜਾ ਬਹੁਤ ਪੁਰਾਣਾ ਉਹ ਪਿੱਪਲ ਹੋ ਚੁੱਕਿਆ ਸਿਆਣਾ ਹੋ ਚੁੱਕਿਆ ਸਾਲ 100 ਸਾਲ 200 ਸਾਲ ਪੁਰਾਣਾ ਹੈਗਾ ਉਹਨਾਂ ਦੇ ਇਹ ਪਿੱਪਲ ਦੀ ਦਾੜੀ ਹੈ ਜਿਹੜਾ ਇਹ ਅੱਜ ਕੱਲ ਵੇ ਔਲਾਦ ਜੋੜੇ ਉਹਨਾਂ ਦੇ ਔਲਾਦ ਨਹੀਂ ਹੁੰਦੀ ਉਹਨਾਂ ਬਾਸਤੇ ਇਹ ਵਰਦਾਨ ਚੀਜ਼ ਹੈ ਜੀ ਅਗਰ ਬੰਦੇ ਨੂੰ ਵਰਤਣੀ ਆ ਜਾਵੇ ਵੀ ਕਿਵੇਂ ਵਰਤਣੀ ਹੈ ਸਿਰਫ ਤੁਸੀਂ ਇਹ ਕਹਿ ਲਓ ਵੀ ਇਹਨੂੰ 8-10 ਦਿਨ ਖਾ ਕੇ ਹੀ ਔਲਾਦ ਪੈਦਾ ਹੋ ਜਾਂਦੀ ਹੈ ਗਰਭ ਧਾਰਨ ਹੋ ਜਾਂਦਾ ਐਡੀ ਇਹਦੇ ਵਿੱਚ ਕਰਾਮਾਤ ਹੈ ਤੁਸੀਂ ਇਹ ਦੇਖੋ ਵੀ ਇੱਕ ਪਿੱਪਲ ਹੈ ਦੁਨੀਆ ਪਰ ਇਹੋ ਜਿਹਾ ਕੋਈ ਦਰਖਤ ਨਹੀਂ ਜਿਹੜਾ ਤੁਹਾਨੂੰ 24 ਘੰਟੇ ਕਸੀਨ ਨੰਦਾਇਕਾ ਪੇਪਲ ਦਿੰਦਾ ਹੈ ਇਸ ਕਰਕੇ ਲੋਕ ਜਿਹੜੀ ਚੀਜ਼ ਸਾਨੂੰ ਫੜ ਦਿੰਦੀ ਹੈ ਲੋਕ ਚਾਹੇ ਉਹ ਇਨਸਾਨ ਹੈ ਚਾਹੇ ਉਹ ਰੁੱਖ ਹੈ ਚਾਹੇ ਕੁਝ ਵੀ ਹੈ ਲੋਕ ਉਹਨੂੰ ਇਸੇ ਕਰਕੇ ਪੂਜਦੇ ਨੇ ਤੇ ਉਹਦਾ ਪੂਜਣਾ ਵੀ ਬਣਦਾ ਹੈ ਠੀਕ ਹੈ ਜਦੋਂ ਤੁਸੀਂ ਦੇਖੋ ਵੀ ਇੰਨੀ ਉੱਤਮ ਚੀਜ਼ ਪਰ ਲੋਕਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਹੈ ਵੀ ਇਹ ਦਾੜੀ ਵੀ ਐਦਾਂ ਕਰ ਸਕਦੀ ਹੈ ਲੋਕ ਅੱਜ ਕੱਲ ਦੇਖੋ ਜੋੜੇ ਹੌਸਪੀਟਲਾਂ ਦੇ ਚੱਕਰ ਕੱਢ ਕੱਢ ਕੇ 8-8 10-10 ਲੱਖ ਰੁਪਏ ਖਰਾਬ ਕਰ ਕਰਕੇ ਠੀਕ ਹੈ ਪ੍ਰਾਣੇ ਬਜ਼ੁਰਗ ਪ੍ਰਾਣੀਆਂ ਦਾਈਆਂ ਜਾਂ ਪ੍ਰਾਣੀਆਂ ਦਾਦੀਆਂ ਇੱਕ ਆਮ ਇਹ ਕੁੱਟ ਕੇ ਜਿਹੜੀਆਂ ਹੈਗੀਆਂ ਆਪਣੀਆਂ ਨੋਹਾਂ ਨੂੰ ਦੰਦੀਆਂ ਹੁੰਦੀਆਂ ਸੀ ਅੱਛਾ ਉਹਨਾਂ ਮੇਨ ਦਿਨਾਂ ਦੇ ਵਿੱਚ ਹਨਾ ਉਹ ਟਾਈਮ ਹੁੰਦਾ ਸੀ ਇੱਕ ਔਰਤ ਦਾ ਗਰਭ ਧਾਰਨ ਕਰਨ ਦਾ ਜਦੋਂ ਟਾਈਮ ਹੁੰਦਾ ਉਹਨਾਂ ਦਿਨਾਂ ਦੇ ਵਿੱਚ ਦੇਣੀ ਹੁੰਦੀ ਸੀ ਤੇ ਆਸਾਨੀ ਦੇ ਨਾਲ ਗਰਭ ਧਾਰਨ ਹੋ ਜਾਂਦਾ ਸੀ ਕੋਈ ਤੁਸੀਂ ਪੁਰਾਣੇ ਸਮੇਂ ਚ ਸੁਣਿਆ ਨਹੀਂ ਸੀ ਕਿਵੇਂ ਇੱਕ ਇੱਕ ਦੇ ਹੈਗੇ ਜੋੜੇ ਦੇ 8 8 9 9 ਜਵਾਬ ਹੁੰਦੇ ਸੀਗੇ ਉਹ ਕੀ ਗੱਲ ਆ ਜੀ ਉਹ ਲੋਕ ਕੁਦਰਤ ਨਾਲ ਬਹੁਤ ਜੁੜੇ ਹੋਏ ਸੀਗੇ ਅੱਜ ਕੱਲ ਜਿਹੜੇ ਲੋਕ ਦਾੜੀ ਦੀ ਕਮਾਲ ਕਰਦੇ ਸੀ ਦਾੜੀ ਕਮਾਲ ਕਰਦੇ ਕਮਾਲ ਕਰਦੀ ਸੀ ਦਾੜੀ ਜੀ ਇਹ ਜਿਹੜੇ ਅੱਜ ਕੱਲ ਲੋਕ ਆ ਇਹਨਾਂ ਚੀਜ਼ਾਂ ਨੂੰ ਮਾਡਰਨ ਜਿਹੜੇ ਮੁੰਡੇ ਕੁੜੀਆਂ ਹੈਗੇ ਆ ਜਾਂ ਮਾਡਰਨ ਜੋੜੇ ਆ ਉਹ ਜ਼ਿਆਦਾਤਰ ਸਾਇੰਸ ਨੂੰ ਮੰਨਦੇ ਆ ਪਰ ਕਹਿੰਦੇ ਆ ਵੀ ਜਿੱਥੇ ਸਾਇੰਸ ਖਤਮ ਹੁੰਦੀ ਹੈ ਨਾ ਉੱਥੇ ਕੁਦਰਤ ਉੱਥੋਂ ਸ਼ੁਰੂ ਹੁੰਦੀ ਹੈ ਕੁਦਰਤ ਐਡੀ ਮਹਾਨ ਆ ਕਹਿੰਦੇ ਵੀ ਜਿਹੜਾ ਕੁਦਰਤ ਤੋਂ ਕੁਝ ਵੀ ਪਾਰ ਨਹੀਂ ਬਣਿਆ ਹੈਗਾ ਇਨਸਾਨ ਨੇ ਬਹੁਤ ਕੁਝ ਬਣਾਤਾ ਆਪਣੀਆਂ ਸਹੂਲਤਾਂ ਲਈ ਪਰ ਜੋ ਕੁਦਰਤ ਨੇ ਬਣਾਤਾ ਉਸ ਤੋਂ ਉੱਪਰ ਅੱਜ ਤੱਕ ਨਹੀਂ ਬਣ ਸਕਦਾ ਆਪਾਂ ਜਿੱਥੇ ਤੱਕ ਮਰਜ਼ੀ ਭੱਜ ਲਈਏ ਸਾਨੂੰ ਮੁੜ ਕੇ ਉੱਥੇ ਹੀ ਆਉਣਾ ਪੈਂਦਾ ਕਹਿੰਦੇ ਵੀ ਜਿਹੜੀ ਮੱਛੀ ਆ ਉਹ ਪੱਥਰ ਨੂੰ ਚਟਕੇ ਉਹ ਮੁੜਦੀ ਹੈ ਪਰ ਇਨਸਾਨ ਤੁਸੀਂ ਇਦਾਂ ਦੇ ਸਾਡੇ ਕੋਲ ਜੋੜੇ ਆ ਤੁਸੀਂ ਕਹ ਲਓ ਵੀ ਦੇਖ ਲਓ ਵੱਡੇ ਵੱਡੇ ਹਸਪੀਟਲਾਂ ਦੇ ਵਿੱਚ ਘੁੰਮ ਕੇ ਲੱਖਾਂ ਰੁਪਏ ਲਾ ਕੇ ਨਾ ਉਹਨਾਂ ਨੂੰ ਫਿਰ ਆ ਕੇ ਉਹੀ ਕੁਦਰਤ ਦੇ ਦਰ ਤੇ ਹੀ ਜਿਹੜੀ ਹੈਗੀ ਖੈਰ ਮੰਗਣੀ ਪੈਂਦੀ ਉਹ ਖੈਰ ਉੱਥੋਂ ਹੀ ਪੈਂਦੀ ਹੈ अच्छा ऐसे लिए ਤੁਸੀਂ ਕਹਿ ਰਹੇ ਸੀ ਕਿ ਅੱਜ ਤੁਹਾਨੂੰ ਇਸ ਤਰ੍ਹਾਂ ਦਾ ਫਾਰਮੂਲਾ ਦੇਣਾ ਹੈ ਫਿਰ ਇਹਦੇ ਨਾਲ ਕਲੇਸ਼ ਕਿਵੇਂ ਖਤਮ ਹੋਣਗੇ ਜੀ ਘਰ ਦੇ ਵਿੱਚ ਤੁਸੀਂ ਕਹਿ ਰਹੇ ਸੀ ਕਿ ਕਲੇਸ਼ ਖਤਮ ਹੋ ਜਾਣਗੇ ਲੜਾਈ ਝਗੜੇ ਖਤਮ ਹੋ ਜਾਣ ਹੁਣ ਦੱਸ ਦਿਆਂ ਜੀ ਹੁਣ ਸਾਡੇ ਕੋਲ ਐਦਾਂ ਦੇ ਜੋੜੇ ਆਉਂਦੇ ਨੇ ਐਨੇ ਸਾਡੇ ਸਮਾਜ ਦੀ ਸੋਚ ਜਿਹੜੀ ਗਲਤ ਹੈ ਕਹਿੰਦੇ ਔਰਤ ਔਰਤ ਦੀ ਸੁੱਖ ਨਹੀਂ ਮਨਾਉਂਦੀ ਹੈਗੀ ਕੁਖ ਕੁਖ ਨੂੰ ਹੀ ਜੰਮਣਾ ਨਹੀਂ ਚਾਹੁੰਦੀ ਔਰਤ ਔਰਤ ਨੂੰ ਹੀ ਮਾੜਾ ਕਹਿ ਰਹੀ ਹੈ ਦੇਖੋ ਹੁਣ ਮੰਨ ਲਓ ਕਿਸੇ ਦੀ ਤੁਸੀਂ ਧੀ ਵਿਆਹ ਕੇ ਲੈਂਦੀ ਐ ਜਾਂ ਉਹਦੇ ਵਿੱਚ ਇਹ ਨਹੀਂ ਆਪਾਂ ਕਹਿ ਸਕਦੇ ਵੀ ਕਿਸੇ ਦੀ ਕੁੜੀ 'ਚ ਨੁਕਸਾ ਜਾਂ ਕੁਛ ਐ ਪਰ ਇੱਕ ਉਹਦੇ ਵਿੱਚ ਘਰ ਦੇ ਵਿੱਚ ਐਡਾਂ ਦਾ ਕਲੇਸ਼ ਖੜਾ ਹੋ ਜਾਂਦਾ ਹੈ ਉਹਦੇ ਫੈਮਿਲੀ ਮੈਂਬਰ ਵੀ ਹਾਂ ਵੀ ਜੇ ਉਹਦੇ ਗਰਭ ਧਾਰਨ ਨਹੀਂ ਹੋ ਰਿਹਾ ਬੱਚਾ ਨਹੀਂ ਠਹਿਰ ਰਿਹਾ ਤਾਂ ਉਹਨੂੰ ਕਹਿੰਨੇ ਆ ਵੀ ਹਾਂ ਵੀ ਨਹੀਂ ਅਸੀਂ ਆਪਣੇ ਪੁੱਤ ਦਾ ਦੂਜਾ ਵਿਆਹ ਕਰ ਦੇਣਾ ਅਸੀਂ ਆਮ ਹਰ ਰੋਜ਼ ਮੈਂ ਆਪਣੇ ਡੇਲੀ ਦੀ ਜ਼ਿੰਦਗੀ ਦੇ ਵਿੱਚ ਇਹ ਦੇਖਦਾ ਐ ਐਦਾਂ ਦੇ ਹਾਲਾਤ ਬਣੇ ਹੋਏ ਆ ਸਾਡੇ ਕੋਲ ਐਦਾਂ ਦੇ ਵੀ ਜੋੜੇ ਆਏ ਨੇ ਜਿਨ੍ਹਾਂ ਦੇ 4-4 5-5 ਸਾਲ ਨੂੰ ਵਿਆਹ ਹੋ ਗਏ ਸੀਗੇ ਔਰ ਉਹਨਾਂ ਦੇ ਜਿਹੜੇ ਹੈਗੇ ਆ ਚਲੋ ਆਪਾਂ ਉੱਥੇ ਕਹਿਣਾ ਨਹੀਂ ਚਾਹੁੰਦੇ ਪਰ ਫਿਰ ਵੀ ਜਜ਼ਬਾਤੀ ਬੰਦਾ ਇੱਕ ਬੋਲ ਦਿੰਦਾ ਉਹਨਾਂ ਨੇ ਸੱਸਾਂ ਨੇ ਆਪਣੇ ਪੁੱਤਾਂ ਨੂੰ ਨਾਲ نوਹਾਂ ਨੂੰ ਘਰੋਂ ਕੱਢਿਆ ਹੋਇਆ ਸੀਗਾ ਵੀ ਜਦ ਤੱਕ ਤੁਹਾਡਾ ਹੱਲ ਨਹੀਂ ਹੁੰਦਾ ਤੁਸੀਂ ਘਰ ਨਹੀਂ ਆਉਣਾ ਇਹ ਅੱਜ ਦੇ ਸਮੇਂ ਦੀ ਅਸਲੀਅਤ ਹੈ ਜੀ ਇਹ ਤੁਹਾਨੂੰ ਮੈਂ ਇਦਾਂ ਦੇ ਕੇਸ ਮਿਲਾ ਵੀ ਸਕਦਾ ਐ ਇਦਾਂ ਦੇ ਨਹੀਂ ਹੈਗਾ ਵੀ ਆਪਾਂ ਵੈਸੇ ਬੋਲ ਰਹੇ ਆ ਇਦਾਂ ਦੇ ਕੇਸ ਜਿਹੜੇ ਸਾਡੇ ਕੋਲ ਆ ਕੇ ਹੱਲ ਹੋਇਆ ਜਿਨ੍ਹਾਂ ਦਾ ਉਸ ਅਕਾਲਪੁਰਖ ਦੀ ਕੁਦਰਤ ਦੀ ਦੇਣ ਦੇ ਨਾਲ ਉਹਨਾਂ ਦਾ ਹੱਲ ਹੋਇਆ ਅੱਜ ਉਹੀ ਜਿਹੜੀਆਂ ਹੈਗੀਆਂ ਸੱਸਾਂ ਉਹਨਾਂ ਦੇ ਪੈਰ ਤੋਂ ਤੋਪਿੰਦੀਆਂ ਨੇ ਕਿਉਂਕਿ ਔਲਾਦ ਤੁਸੀਂ ਕਹਿ ਲੋ ਵੀ ਔਲਾਦ ਇੱਕ ਚੀਜ਼ ਹੈ ਜੀ ਆ ਇਨਸਾਨ ساری ਉਮਰ ਜ਼ਿੰਦਗੀ ਕਮਾਉਂਦਾ ਪਰ ਜੇ ਉਹਦੇ ਘਰ ਔਲਾਦ ਨਹੀਂ ਹੁੰਦੀ ਤਾਂ ਉਹ ਘਰ ਉਹਦਾ ਤੁਸੀਂ ਇਹ ਕਹਿ ਲੋ ਵੀ ਇੱਕ ਤਰ੍ਹਾਂ ਦਾ ਉਜਾੜਾ ਕਾਜ ਮੰਣੇ ਵਾਲਾ ਕੰਮ ਹੈ ਉਹਦੇ ਘਰ ਦੇ ਵਿੱਚ ਅੱਛਾ ਤੇ ਇੱਕ ਸਵਾਲ ਮੇਰਾ ਬੇਸਿਕ ਸਵਾਲ ਤਾਂ ਫਿਰ ਇਹ ਹੈ ਜੀ ਵੈਜੀ ਤੁਹਾਡੇ ਤੋਂ ਬੇਸਿਕ ਜਿਹਾ ਸਵਾਲ ਹੈ ਔਲਾਦ ਕੰਨੀਓ ਜਿਹੜੇ ਜੋੜਾ ਹੈਗਾ ਉਹ ਮਹਿਰੂਮ ਕਿਉਂ ਰਹਿ ਜਾਂਦਾ ਹੈ ਕਿਉਂ ਨਹੀਂ ਔਲਾਦ ਹੁੰਦੀ ਕਾਰਨ ਕੀ ਹੁੰਦਾ ਬੰਦੇ ਚ ਕੀ ਕਾਰਨ ਹੁੰਦਾ ਔਰਤ ਦੇ ਵਿੱਚ ਕੀ ਕਾਰਨ ਬਣ ਸਕਦਾ ਬਿਲਕੁਲ ਜੀ ਬਿਲਕੁਲ ਦੇਖੋ ਜੀ ਮੈਂ ਇੱਥੇ ਹੁਣ ਤੁਸੀਂ ਬਹੁਤ ਜੋੜੇ ਸਾਡੇ ਕੋਲ ਇਦਾਂ ਦੇ ਆਉਂਦੇ ਨੇ ਜਿਹੜੇ ਲੱਖਾਂ ਟੈਸਟ ਕਰਾ ਕਰਾ ਕੇ ਚੁੱਕੇ ਨੇ ਟੈਸਟ ਟਿਊਬ ਵੀ ਕਰਾ ਲਈ ਟਿਊਬਾਂ ਖਲੇਪਨ ਟੈਸਟ ਵੀ ਕਰਾ ਲਏ ਹੈਗੇ ਉਹਨਾਂ ਦੇ ਵਿੱਚ ਕੋਈ ਨੁਕਸ ਨਹੀਂ ਆਉਂਦਾ ਫਿਰ ਉੱਥੇ ਆ ਕੇ ਨਾ ਅਪਾ ਇਹ ਕਹਿ ਸਕਦੇ ਆਂ ਵੀ ਕੁਦਰਤ ਦੀ ਵੀ ਕਿਸੇ ਪਾਸੇ ਨੂੰ ਮਾਰ ਹੁੰਦੀ ਆ ਜਦੋਂ ਤੁਸੀਂ ਕੁਦਰਤ ਨੂੰ ਦਿਲੋਂ ਮੰਨਦੇ ਆਂ ਮੈਂ ਨਹੀਂ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਦੱਸਦਾ ਆਂ ਵੀ ਮੈਂ ਨਹੀਂ ਕਹਿੰਦਾ ਹੈਗਾ ਵੀ ਤੁਹਾਨੂੰ ਕੁਝ ਹਾਸਲ ਨਾ ਹੋਵੇ ਹਰ ਕੁਝ ਹਾਸਲ ਹੋ ਸਕਦਾ ਹੈ ਇਨਸਾਨ ਦਿਲੋਂ ਇੱਥੋਂ ਮੰਗਣ ਵਾਲਾ ਉਹਦੇ ਦਰ ਤੇ ਜਾ ਕੇ ਖੈਰ ਮੰਗਣ ਵਾਲਾ ਹੋਣਾ ਚਾਹੀਦਾ ਤਾਂ ਸਵਾਲ ਨਹੀਂ ਪੈਦਾ ਹੁੰਦਾ ਵੀ ਉਹ ਖੈਰ ਨਾ ਪਵੇ ਤੇ ਦੂਜਾ ਨੰਬਰ ਜਿਹੜੇ ਅੱਜ ਕੱਲ ਦੇ ਜਿਹੜੇ ਕਾਰਨ ਹੈਗੇ ਆ ਮੇਨ ਇਹ ਪੁਰਾਣੇ ਸਮਿਆਂ ਦੇ ਵਿੱਚ ਬਹੁਤ ਘੱਟ ਹੁੰਦਾ ਸੀ ਕਿ ਕਿਸੇ 1000 ਪਿੱਛੇ ਇੱਕ ਅੱਧੇ ਜੋੜੇ ਦੇ ਹੁੰਦਾ ਸੀ ਵੀ ਜਿਨ੍ਹਾਂ ਦੇ ਬੱਚੇ ਹਲਾਜ਼ ਨਹੀਂ ਹੁੰਦੇ ਪਰ ਅੱਜ ਕੱਲ ਤੁਸੀਂ ਦੇਖੋ ਵੀ ਤੁਸੀਂ ਇਹ ਕਹਿ ਲੋ ਵੀ ਨਵੇਂ ਵਿਆਹੇ ਜੋੜਿਆਂ ਦੇ ਵਿੱਚ ਤੁਸੀਂ ਕਹਿ ਲੋ ਵੀ ਤੁਸੀਂ ਆਪਣੇ ਚਗਿਰਦਾਲੇ ਵਾਲੇ ਵੀ ਦੇਖਿਆ ਹੋਣਾ ਤਾਂ ਇਹ ਕਹ ਲੋ ਵੀ ਜੇ 10 ਜੋੜਿਆਂ ਦਾ ਵਿਆਹ ਹੋਇਆ ਤੁਹਾਡੇ ਸਾਹਮਣੇ ਤਾਂ 10 ਦੇ ਵਿੱਚੋਂ ਇੱਕ ਦੇ ਔਲਾਦ ਹੋਈ ਹੈ 9 ਔਲਾਦ ਬਿਨਾ ਸਖਣੇ ਹੀ ਫਿਰਦੇ ਆ ਉਹਦੇ ਵਿੱਚ ਕੀ ਹੈ ਵੀ ਪਹਿਲਾਂ ਤਾਂ ਮਾਡਰਨ ਆਪਾਂ ਤਰੀਕੇ ਵਰਤਦੇ ਆ ਵੀ ਹਾਂ ਗਰਭ ਨੂੰ ਰੋਕਣ ਵਾਸਤੇ ਆਪਾਂ ਬਹੁਤ ਦਵਾਈਆਂ ਖਾਂਦੇ ਆ ਜਿਹੜੇ ਅੱਜ ਕੱਲ ਨਵੀਂ ਨੌਜਵਾਨਾਂ ਦੀ ਸੋਚ ਹੈ ਉਹ ਤਾਂ ਕਹਿੰਦੇ ਉਹ ਤਾਂ ਕਹਿੰਦੇ ਨੇ ਜੀ ਕਿ ਅਸੀਂ ਸਾਡਾ ਵਿਆਹ ਤਾਂ ਤਾਜ਼ਾ ਤਾਜ਼ਾ ਦਾ ਵਿਆਹ ਹੋਇਆ ਜੀ ਤੇ ਸਾਨੂੰ ਤਾਂ ਹਜੇ 6 ਮਹੀਨੇ ਤਾਂ ਸਾਨੂੰ ਇੰਜੋਏ ਕਰਨਾ ਹੈ ਇੰਜੋਏ ਸ਼ਬਦ ਉਹਨਾਂ ਦੇ ਮਨ ਦੇ ਵਿੱਚ ਬਿਠਾ ਦਿੱਤਾ ਗਿਆ ਜੀ 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 ਕਿਉਂਕਿ ਉਹ ਮਤਲਬ ਉਹ ਗੋਰੇ ਲੋਕਾਂ ਨੂੰ ਫੋਲੋ ਕਰਦੇ ਆ ਜਿਹੜੇ ਸਾਡੇ ਲੋਕ ਆ ਪਰ ਇਹ ਨਹੀਂ ਦੇਖਦੇ ਵੀ ਗੋਰੇ ਲੋਕ ਚੱਲਦੇ ਕਿਵੇਂ ਆ ਵੀ ਕਿਸੇ ਤਰ੍ਹਾਂ ਦੀ ਜ਼ਿੰਦਗੀ ਜਿਉਂਦੇ ਆ ਉਹ ਤਾਂ ਪਤਾ ਹੀ ਨਹੀਂ ਸਾਨੂੰ ਆਪਾਂ ਚੱਲ ਪੈਨੇ ਆ ਸਾਡੇ ਲੋਕ ਚੱਲਦੇ ਆ ਪੁੱਠੇ ਹਿਸਾਬ ਨਾਲ ਅਸੀਂ ਉਸ ਗਰਭ ਨੂੰ ਰੋਕਣ ਵਾਸਤੇ ਗਲਤ ਚੀਜ਼ਾਂ ਦਾ ਇਸਤੇਮਾਲ ਕਰਦੇ ਆ ਗਲਤ ਚੀਜ਼ਾਂ ਦੇ ਇਸਤੇਮਾਲ ਕਰਨ ਦੇ ਨਾਲ ਫਿਰ ਸਾਨੂੰ ਗਲਤ ਨਤੀਜੇ ਵੀ ਭੁਗਤਣੇ ਪੈਂਦੇ ਆ ਜਿਹਦੇ ਕਰਕੇ ਲੋਕਾਂ ਨੂੰ 5 5 7 7 ਸਾਲ ਹੋ ਗਏ ਜਿਨ੍ਹਾਂ ਦੇ ਔਲਾਦ ਪੈਦਾ ਨਹੀਂ ਹੋ ਰਹੀ ਪਰ ਅਸੀਂ ਦੇਖੋ ਕੁਦਰਤੀ ਤਰੀਕੇ ਦੇ ਨਾਲ ਉਹਨਾਂ ਦਾ ਹੱਲ 100% ਹੱਲ ਹੁੰਦਾ ਪਰ ਬੰਦਾ ਉਸ ਚੀਜ਼ ਤੇ ਖੜਨ ਵਾਲਾ ਹੋਣਾ ਚਾਹੀਦਾ ਕਈ ਬੰਦੇ ਤੁਹਾਨੂੰ ਮੈਂ ਇਹ ਵੀ ਦੱਸਦਾ ਕਈ ਬੰਦੇ ਐਦਾਂ ਦੀ ਵੀ ਸੋਚ ਰੱਖਦੇ ਆ ਵੀ ਨਾ ਵੀ ਛੋਟੀਆਂ ਚੀਜ਼ਾਂ ਨਾਲ ਇਹਨਾਂ ਚੀਜ਼ਾਂ ਨਾਲ ਹੱਲ ਨਹੀਂ ਹੁੰਦੇ ਵੀ ਹਾਂ ਵੀ ਵੱਡੇ ਹਸਪੀਟਲਾਂ 'ਚ ਜਾਂ ਵੱਡੇ ਮੋٹے ਰੁਪਏ ਖਰਚ ਕੇ ਹੀ ਹੱਲ ਹੁੰਦੇ ਆ ਮੈਂ ਨਾ ਉਹ ਚੀਜ਼ਾਂ ਦਾ ਨਹੀਂ ਹੱਲ ਕਹਿੰਦੇ ਵੀ ਜਦੋਂ ਆਰਾਮ ਆਉਣਾ ਤਾਂ ਸਵਾਦ ਦੀ ਚੁਟਕੀ ਨਾਲ ਆ ਜਾਂਦਾ ਜੇ ਨਹੀਂ ਆਉਣਾ ਤਾਂ ਸੋਨੇ ਦੀਆਂ ਭਸਮਾ ਨਾਲ ਵੀ ਨਹੀਂ ਆਉਂਦਾ ਜਿਹੜਾ ਆਈਬੀਐਫ ਕਰਵਾ ਰਹੇ ਨੇ ਜੀ ਜਿਹੜੇ ਜੋੜੇ ਨੇ ਅੱਜਕੱਲ ਉਹ ਉਹ ਠੀਕ ਹੈ ਕਿੱਥੇ ਕਿੱਥੇ ਤੱਕ ਠੀਕ ਹੈ ਜੀ ਕੀ ਠੀਕ ਗੱਹਿ ਰਹੇ ਹੋ ਤੁਸੀਂ ਪੰਜਾਬ ਦੇ ਵਿੱਚ ਤੁਸੀਂ ਪੂਰੇ ਇੰਡੀਆ ਦੇ ਵਿੱਚ ਤੁਸੀਂ ਅਗਰ ਤੁਸੀਂ ਰਿਕਾਰਡ ਕੱਢੋਂਗੇ ਉਹਦੀ ਰੇਸ਼ਿਓ ਕੱਢੋਂਗੇ ਨਾ ਤਾਂ ਸਭ ਤੋਂ ਵੱਧ ਜਿਹੜੇ ਹੈਗੇ ਆਈਵੀਐਫ ਸੈਂਟਰ ਪੰਜਾਬ ਦੇ ਵਿੱਚ ਨੇ ਉਹਦਾ ਕੋਈ ਕਾਰਨ ਹੈ ਇਹ ਨਹੀਂ ਹੈਗਾ ਤੁਸੀਂ ਇਹ ਦੇਖ ਲਓ ਵੀ ਆਈਵੀਐਫ ਨਾਲ ਜਿਹੜਾ ਬੱਚਾ ਪੈਦਾ ਹੁੰਦਾ ਹੈ ਕਦੇ ਵੀ ਉਹਦੇ ਮਾਪੇ ਨਾਲ ਸ਼ਕਲ ਨਹੀਂ ਮਿਲਦੀ ਕਿਉਂ ਨਹੀਂ ਮਿਲਦੀ ਉਹਦਾ ਕੋਈ ਕਾਰਨ ਹੈ ਹੁਣ ਆਪਾਂ ਉਹ ਚੀਜ਼ ਨੂੰ ਨਹੀਂ ਬਹੁਤਾ ਬੋਲਣਾ ਚਾਹੁੰਦੇ ਲੋਕ ਆਪਣੇ ਆਪ ਸਮਝਦਾਰ ਨੇ ਵੀ ਕਿਉਂ ਨਹੀਂ ਮਿਲਦੇ ਉਹ ਬਹੁਤ ਇੱਕ ਅਲਾਗਾ ਕੁਦਰਤ ਨਾਲ ਖਲਵਾੜ ਕਰਨੇ ਵਾਲਾ ਧੰਦਾ ਹੈਗਾ ਪਰ ਜਿਹੜੇ ਮਾਡਰਨ ਲੋਕ ਆ ਫਿਰ ਮੇਰੀ ਉੱਥੇ ਹੀ ਗੱਲ ਫੇਰ ਆ ਜਾਂਦੀ ਆ ਮਾਡਰਨ ਲੋਕ ਕਹਿੰਦੇ ਆ ਵੀ ਨਾ ਨਾ ਇਹ ਤਾਂ ਪੁਰਾਣੀਆਂ ਚੀਜ਼ਾਂ ਨਾਲ ਕੀ ਹੋਣਾ ਵੀ ਆਪਾਂ ਤਾਂ ਨਵਾਂ ਰਾਹ ਲੱਭੀਏ ਪਰ ਕਈ ਲੋਕ ਬਹੁਤੇ ਅੱਕ ਚੁੱਕੇ ਆ ਫੇਰ ਉਧਰ ਨੂੰ ਜਾਂਦੇ ਆ ਪਰ ਮੈਂ ਕਹਿੰਦਾ ਵੀ ਨਹੀਂ ਅੱਕੇ ਲੋਕ ਵੀ ਸਾਨੂੰ ਮਿਲ ਸਕਦੇ ਆ ਵੀ ਨਹੀਂ ਹਰ ਚੀਜ਼ ਦਾ ਹੱਲ ਆ ਦੁਨੀਆ ਪਰ ਹੱਲ ਕਿਹੜੀ ਚੀਜ਼ ਦਾ ਨਹੀਂ ਤੇ ਵੈਜੀ ਮੇਰੇ ਕੋਲ ਇੱਕ ਇਦਾਂ ਦੇ ਲੇਡੀਜ਼ ਸਾਡੇ ਭੈਣ ਜੀ ਨੇ ਕੈਨੇਡਾ ਤੋਂ ਨੇ ਉਹ ਮੇਰੇ ਕੋਲ ਖਾਸ ਕਰਕੇ ਆਏ ਤੇ ਆ ਕੇ ਉਹਨਾਂ ਨੇ ਮੈਨੂੰ ਜਦੋਂ ਇੱਕ ਗੱਲ ਕਹੀ ਮੇਰਾ ਤਾਂ ਰੋਣਾ ਨਿਕਲਿਆ ਉਹਨਾਂ ਨੇ ਕਿਹਾ ਕਿ ਮੈਂ ਹੁਣ ਤੱਕ 25 ਵਾਰ ਆਈਵੀਐਫ ਕਰਵਾ ਚੁੱਕੀ ਹਾਂ ਲੇਕਿਨ ਮੇਰੇ ਕੋਲ ਜਿਹੜੀ ਔਲਾਦ ਨਹੀਂ ਹੈ ਉਹਦਾ ਆਈਵੀਐਫ ਕਰਾਉਣਾ ਕੋਈ ਹੱਲ ਨਹੀਂ ਉਹ ਇੱਕ ਮੈਂ ਸਿੱਧਾ ਕਹਿੰਨਾ ਵੀ ਉਹ ਇੱਕ ਐਕਸਪੈਰੀਮੈਂਟ ਹੈ 1499 ਕੇਸ ਫੇਲ ਹੁੰਦੇ ਨੇ ਉਸ ਦੇ ਵਿੱਚ ਠੀਕ ਹੈ ਜੀ ਅਰ ਤੁਸੀਂ ਡਾਕਟਰ ਨੂੰ 4 ਲੱਖ 5 ਲੱਖ ਜਦੋਂ ਦੇ ਰਹੇ ਹੋ ਅਰ ਡਾਕਟਰ ਤੁਹਾਨੂੰ ਸਾਫ਼ ਕਹਿ ਦਿੰਦਾ ਵੀ ਮੇਰੀ ਗਾਰੰਟੀ ਕੋਈ ਨਹੀਂ ਕਿਉਂ ਕਹਿੰਦਾ ਉਹ ਕਿਉਂਕਿ ਉਹਨੂੰ ਪਤਾ ਹੈ ਵੀ ਇਹ ਸਕਸੈਸਫੁਲ ਹੋਣਾ ਪੱਕਾ ਸ਼ੋਰ ਨਹੀਂ ਹੈਗਾ ਉਨੇ ਆਪਣਾ ਇੱਕ ਤਜਰਬਾ ਕਰਕੇ ਛੱਡ ਦੇਣਾ ਤਾਂ ਉਤੋਂ 4-5 ਲੱਖ ਲੈ ਲੈਣਾ ਉਹਨੇ ਲੈ ਕੇ ਅਗਲਾ ਆਪਣੇ ਘਰ ਬੈਠਾ ਉਹ ਪਰ ਤੁਹਾਡਾ ਕੀ ਹੋਇਆ ਕਈ ਜੋੜੇ ਐਦਾਂ ਦੇ ਆ ਜਿਨ੍ਹਾਂ ਨੇ ਆਪਣੇ ਘਰ ਵੇਚ ਕੇ ਵੀ ਲਾਤੇ ਪਰ ਹੱਲ ਫੇਰ ਕਿਸੇ ਦਾ ਨਹੀਂ ਹੋਇਆ ਠੀਕ ਹੈ ਜੀ ਪਰ ਜਦ ਤੱਕ ਇਹ ਐ ਕਹ ਲੋ ਵੀ ਤੁਸੀਂ ਕੁਦਰਤ ਪਰ ਨਿਰਪਰ ਹੋ ਜਾਨੇ ਹੋ ਨਾ ਡਿਪੈਂਡ ਹੋ ਜਾਨੇ ਹੋ ਕੁਦਰਤ ਪਰ ਪੂਰਾ ਉਹਦੇ ਪਰ ਛੱਡ ਦੰਨੇ ਹੋ ਆਸਰਾ ਤਾਂ 100% ਹੱਲ ਹੁੰਦਾ ਇਹ ਨਾ ਹੋਵੇ ਵੀ ਹੱਲ ਨਹੀਂ ਹੁੰਦਾ 100% ਬਹੁਤ ਵੱਡੀ ਗੱਲ ਕਹੀ ਹੈ ਤੁਸੀਂ ਬਿਲਕੁਲ ਹੁੰਦਾ ਜੀ ਹੱਲ ਤੁਸੀਂ ਮੈਂ ਕਹਿੰਦਾ ਵੀ ਜਦੋਂ ਤੁਸੀਂ ਕੁਦਰਤ ਪਰ ਗੱਲ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਮਹਾਨ ਨਾ ਮੈਂ ਕਦਰਦਤ ਨੂੰ ਮੰਨਦਾ ਜਿਸ ਚੀਜ਼ ਨੂੰ ਮੈਂ ਮੰਨਦਾ ਮੈਂ ਕਹਿੰਦਾ ਵੀ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਉੱਥੇ ਜਾ ਕੇ ਕੋਈ ਉਸਦੇ ਘਰ ਤੋਂ ਖਾਲੀ ਮੁੜਦਾ ਜੀ ਅੱਛਾ ਇੱਕ ਸਵਾਲ ਫਿਰ ਹੋਰ ਬੜਾ ਅਹਿਮ ਹੈ ਤੁਹਾਡੇ ਜਿੰਨਾ ਤੁਹਾਡਾ ਤਜਰਬਾ ਹੈ ਬਹੁਤ ਡੇਲੀ ਤੁਸੀਂ ਸੈਂਕੜੇ ਮਰੀਜ਼ਾਂ ਨੂੰ ਇੱਥੇ ਡੀਲ ਕਰਦੇ ਹੋ ਦਿੱਕਤ ਜ਼ਿਆਦਾ ਔਰਤ ਦੇ ਵਿੱਚ ਹੁੰਦੀ ਹੈ ਜਾਂ ਦਿੱਕਤ ਜ਼ਿਆਦਾ ਮਰਦ ਦੇ ਵਿੱਚ ਹੁੰਦੀ ਹੈ ਪਰ ਅਸੀਂ ਤਾਂ ਨਿਸ਼ਾਨਾ ਔਰਤ ਨੂੰ ਬਣਾ ਲੈਂਦੇ ਆ ਵਿਚਾਰੀ ਨੂੰ ਮੈਂ ਤੁਹਾਨੂੰ ਜੀ ਦੱਸਦਾ ਜੀ ਅੱਜ ਕੱਲ ਤੁਸੀਂ ਕਹਿ ਲੋ ਵੀ ਹਨਾ ਕਿਸੇ ਦਾ ਪੁੱਤ ਨਸ਼ੇ ਕਰਦਾ ਜਾਂ ਮਾੜੇ ਕੰਮਾਂ 'ਚ ਪਿਆ ਹੋਇਆ ਹੈ ਤਾਂ ਉਹਦੇ ਘਰ ਦੇ ਕਹਿੰਦੇ ਆ ਵੀ ਯਾਰ ਇਹਦਾ ਵਿਆਹ ਕਰ ਦੋ ਵੀ ਹਾਂ ਇਹ ਸੁਧਰ ਜਾਊਗਾ ਜਾਂ ਕੁਛ ਹੈ ਤੁਸੀਂ ਇਹ ਕਹਿ ਲੋ ਵੀ 99% ਜਿਹੜੇ ਹੈਗਿਆਂ ਘਰਾਂ ਦੇ ਵਿੱਚ ਕਲੇਸ਼ ਇਸ ਕਰਕੇ ਆ ਬਚਾਰੀਆਂ ਔਰਤਾਂ ਦੇ ਵਿੱਚ ਕੁਝ ਕਮੀ ਨਹੀਂ ਹੁੰਦੀ ਬਹੁਤ ਘੱਟ ਜਿਹੜੀਆਂ ਕੁੜੀਆਂ ਉਹਨਾਂ 'ਚ ਕਮੀ ਹੁੰਦੀ ਹੈ ਤੇ ਜ਼ਿਆਦਾਤਰ ਅੱਜਕੱਲ ਮੁੰਡਿਆਂ ਦੇ ਵਿੱਚ ਕਮੀ ਆਉਣ ਲੱਗ ਗਈ ਕਿਉਂਕਿ ਖਾਦ ਖਰਾਕਾਂ ਜਾਂ ਇੰਨੀਆਂ ਮਾੜੀਆਂ ਹੋ ਗਈਆਂ ਬਾਕੀ ਦੂਜਾ ਪਾਸਾ ਇਹ ਹੈ ਵੀ ਤੁਸੀਂ ਦੇਖਿਆ ਵੀ ਬਹੁਤ ਸਾਡੇ ਕੋਲ ਲੋਕ ਐ ਡੜੀਆਂ ਫਾਈਲਾਂ ਚੱਕ ਕੇ ਲਿਆਉਂਦੇ ਨੇ ਵੀ ਸਾਡਾ ਜੀ ਯਾਰ ਸਾਡੀ ਰਿਪੋਰਟ ਚ ਵੀ ਕੁਝ ਨਹੀਂ ਆਇਆ ਫਿਰ ਸਰ ਹੱਲ ਵੀ ਕੁਝ ਨਹੀਂ ਪਰ ਉੱਥੇ ਜਦੋਂ ਮੈਂ ਆ ਕੇ ਨਾ ਬੰਦੇ ਨੂੰ ਨਬਜ ਫੜ ਕੇ ਦੱਸਦਾ ਵੀ ਤੇਰੇ ਤੁਹਾਡੇ ਅੰਦਰ ਗਰਮੀ ਪਈ ਹੋਈ ਹੈ ਤਾਂ ਉੱਥੇ ਲੋਕ ਪਤਾ ਕੀ ਕਹਿੰਦੇ ਨੇ ਉਸ ਚੀਜ਼ ਨੂੰ ਮਜ਼ਾਕ ਸਮਝਦੇ ਨੇ ਤੁਸੀਂ ਨਬਜ ਫੜ ਕੇ ਦੱਸ ਦਿਓ ਹਾਂਜੀ ਦੇਖੋ ਇਹ ਪਤਾ ਲੱਗ ਨਬਜ ਕਮਾਲ ਦੀ ਗੱਲ ਹੈ ਜੀ ਨਬਜ ਫੜ ਕੇ ਗਰਮੀ ਦਾ ਕਿਵੇਂ ਪਤਾ ਲੱਗ ਸਕਦਾ ਹੈ ਜੀ ਜਦੋਂ ਸਾਡੇ ਤਾਂ ਮਸ਼ੀਨਾਂ ਨੇ ਵੱਡੇ ਵੱਡੇ ਉਹ ਵੀ ਕਈ ਵਾਰ ਟੈਸਟ ਫੇਲ ਹੋ ਜਾਂਦੇ ਤੁਸੀਂ ਕਹਿ ਰਹੇ ਹੋ ਕਿ ਸੋ ਇੱਕ ਤੁਸੀਂ ਇਹ ਦੇਖੋ ਵੀ ਜਿਹੜੀ ਮਸ਼ੀਨ ਹੈ ਟੈਸਟ ਕਰਨ ਵਾਲੀ ਉਹ ਕਿੱਥੋਂ ਆਈ ਹੈ ਉਹ ਇੱਕ ਇਨਸਾਨ ਨੇ ਬਣਾਈ ਹੈ انسان ਉਹਦੇ ਵਿੱਚ ਕੁਝ ਵੀ ਪਾ ਸਕਦਾ ਹੈ انسان ਦੇ ਵਿੱਚ ਐਡੀ ਤਕੜੀ ਕਲਾ ਹੈ ਵੀ ਉਹ ਸਭ ਕੁਝ ਕੱਲੀ-ਕੱਲੀ ਚੀਜ਼ ਨੂੰ ਮੈਂਸ਼ਨ ਕਰ ਸਕਦਾ ਉਹ ਨਬਜ਼ ਦੇ ਜ਼ਰੀਏ ਆਣੇ ਪ੍ਰਾਣੇ ਵੈਦ ਸੀਗੇ ਜਿਹੜੇ ਅੱਛਾ ਤੁਹਾਡੇ ਕੋਲ ਤੁਹਾਡੇ ਕੋਲ ਜੇ ਕੋਈ ਆਵੇ ਮਾਫ ਕਰਨ ਤੁਹਾਨੂੰ ਮੈਂ ਵਿੱਚ ਰੋਕ ਰਿਹਾ ਤੁਹਾਡੇ ਕੋਲ ਕੋਈ ਆਵੇ ਕੋਈ ਬੰਦਾ ਆਵੇ ਜਾਂ ਜਨਾਨੀ ਆਵੇ ਉਹਦੀ ਨਬਜ਼ ਦੇਖ ਕੇ ਤੁਸੀਂ ਦੱਸ ਸਕਦੇ ਹੋ ਕਿ ਇਹਦੇ ਚ ਫਾਲਟ ਹੈ ਜਾਂ ਬੰਦੇ ਚ ਫਾਲਟ ਹੈ ਬਿਲਕੁਲ ਪਤਾ ਲੱਗਦਾ ਜੀ 100% 100% ਪਤਾ ਲੱਗਦਾ ਕਿਉਂਕਿ ਉੱਥੇ ਬਾਤ ਪਿਤ ਕਫ ਤੁਹਾਡੀ ਨਬਜ਼ ਦੱਸਦੀ ਹੈ ਜਿਹੜੇ ਨੇ ਪੂਰੀ ਸਟੱਡੀ ਕੀਤੀ ਹੋਈ ਆਯੁਰਵੇਦਾ ਦੀ ਪੂਰਾ ਪੜਿਆ ਹੋਇਆ ਪੂਰਾ ਗਿਆਨ ਹੈ ਉਹਨੂੰ 100% ਪਤਾ ਲੱਗ ਜਾਂਦਾ ਹੈ ਵੀ ਆਹ ਦੋਸ਼ ਨੇ ਇਹਨੂੰ ਮਾਰਿਆ ਹੋਇਆ ਬਾਤ ਨੇ ਮਾਰਿਆ ਹੋਇਆ ਪਿਤ ਨੇ ਮਾਰਿਆ ਹੋਇਆ ਕਫ ਨੇ ਮਾਰਿਆ ਹੋਇਆ ਠੀਕ ਹੈ ਜੀ ਜਿਹੜੇ ਪੁਰਾਣੇ ਵੈਦ ਸੀਗੇ ਉਹ ਇੱਥੋਂ ਹੀ ਅੰਦਾਜ਼ਾ ਲਗਾਉਂਦੇ ਸੀਗੇ ਪੁਰਾਣੇ ਵੈਦ ਪਿਸ਼ਾਬ ਦਾ ਰੰਗ ਦੇਖ ਕੇ ਦੱਸ ਦਿੰਦੇ ਸੀ ਸਾਡੇ ਕੋਲ ਏਦਾਂ ਦੇ ਜਿਹੜੇ ਸਾਡੇ ਪੁਰਾਣੇ ਗੁਰੂ ਸੀਗੇ ਉਹ ਪਿਸ਼ਾਬ ਦਾ ਰੰਗ ਦੇਖ ਕੇ ਦੱਸ ਦਿੰਦੇ ਸੀ ਵੀ ਤੁਹਾਡਾ ਵੀ ਕੋਈ ਗੁਰੂ ਸੀ ਕਿਹੜੇ ਹਾਂਜੀ ਬਿਲਕੁਲ ਗੁਰੂ ਸੀਗੇ ਅਸੀਂ ਏਦਾਂ ਥੋੜੀਆਂ ਵੀ ਓਦਾਂ ਹੀ ਸਾਨੂੰ ਕੁਝ ਬਣ ਗਏ ਠੀਕ ਹੈ ਜਾਂ ਸਿੱਖਿਆ ਜਾਂ ਜ ਜਨਾਂ ਤੋਂ ਅਸੀਂ ਅੱਛਾ ਪੜ੍ਹਾਈ ਦੇ ਨਾਲ ਨਾਲ ਤੁਸੀਂ ਸਿੱਖਿਆ ਵੀ ਹੈ ਜੀ ਸਰ ਪੜ੍ਹਾਈ ਦੇ ਨਾਲ ਸਿੱਖਿਆ ਵੀ ਹੈ ਬੰਦਾ ਪੜ੍ਹ ਕੇ ਵੀ ਕੱਲਾ ਉਹ ਨਹੀਂ ਬਣ ਜਾਂਦਾ ਵਿਦਵਾਨ ਜਦ ਤੱਕ ਤੁਸੀਂ ਸਿੱਖਦੇ ਨਹੀਂ ਪ੍ਰੈਕਟੀਕਲ ਜਾ ਕੇ ਕਰਦੇ ਨਹੀਂ ਉਹਨੂੰ ਤੁਸੀਂ ਦੇਖੋ ਅੱਜ ਤੁਸੀਂ ਸਾਊਥ ਦੇ ਵਿੱਚ ਚਲੇ ਜਾਓ ਕੇਰਲਾ ਦੇ ਵਿੱਚ ਜਾਲੇ ਜਾਓ ਮੈਂ ਉੱਥੇ ਜਾ ਜਾ ਕੇ ਮਿਹਨਤਾਂ ਕੀਤੀਆਂ ਨੇ ਠੀਕ ਹੈ ਉਹ ਅੱਜ ਵੀ ਲੋਕ ਜਦੋਂ ਵੀ ਕੋਈ ਦਵਾਈਆਂ ਤਿਆਰ ਕਰਦੇ ਨੇ ਅੱਜ ਵੀ ਤੁਸੀਂ ਇੱਥੇ ਆਪਣੇ ਪੰਜਾਬ ਦੇ ਵਿੱਚ ਆਯੁਰਵੇਦਾਂ ਦੀਆਂ ਫੈਕਟਰੀਆਂ ਬਹੁਤ ਦੇਖੀਆਂ ਹੋਣੀਆਂ ਇਹ ਤਾਂ ਬਣਾ ਬਣਾ ਕੇ ਅੱਜ ਕੱਲ ਇਹਨਾਂ ਨੇ ਆਯੁਰਵੇਦ ਨੂੰ ਇੱਕ ਤੰਦਾ ਬਣਾ ਲਿਆ ਉੱਥੇ ਤੁਸੀਂ ਅੱਜ ਵੀ ਦੇਖੋ ਉਹਦੇ ਨਾਲ ਉਹਦੀ ਬੰਦਗੀ ਕਰਕੇ ਬਾਣੀ ਪੜ ਕੇ ਫੇਰ ਦਵਾਈਆਂ ਨੂੰ ਤਿਆਰ ਕਰਦੇ ਆ ਉਹ ਫੇਰ ਤਾਂ ਦਵਾਈਆਂ ਜਿਹੜੀਆਂ ਆਯੁਰਵੇਦ ਦੀਆਂ ਦਵਾਈਆਂ ਅਸਰ ਕਰਦੀਆਂ ਇਹ ਅਸਲੀ ਕੁਦਰਤ ਹੈ ਇਹ ਅਸਲੀ ਕੁਦਰਤ ਦੀ ਦੇਣ ਹੈ ਇਹ ਨਹੀਂ ਹੈਗਾ ਵੀ ਚੱਕ ਕੇ ਮਸਾਲਾ ਤਿਆਰ ਕਰਕੇ ਕਿਸੇ ਨੂੰ ਸ਼ੀਸ਼ੀ ਚ ਪਾ ਕੇ ਦੇ ਦਿੱਤਾ ਵੀ ਕੰਮ ਕਰ ਜਾਊ ਤੁਸੀਂ ਵੀ ਐਂ ਤਿਆਰ ਕਰਦੇ ਹੋ ਬਿਲਕੁਲ ਜੀ ਉਹਦੀ ਬੰਦਗੀ ਤੋਂ ਬਿਨਾ ਤਾਂ ਕੁਝ ਹੁੰਦਾ ਹੀ ਹੈ ਨਹੀਂ ਅੱਛਾ ਤੇ ਤੁਸੀਂ ਇਹ ਦਾੜੀ ਦੀ ਗੱਲ ਕੀਤੀ ਫਿਰ ਇਹ ਦਾੜੀ ਕਿਵੇਂ ਕੰਮ ਕਰਦੀ ਹੈ ਬਹੁਤ ਆਪਣੇ ਗੱਲਾਂ ਕੀਤੀਆਂ ਇਹ ਦਾੜੀ ਕਿਵੇਂ ਕੰਮ ਕਰੂਗੀ ਦਾੜੀ ਕੰਮ ਕਰਦੀ ਹੈ ਜੀ ਜਿਨ੍ਹਾਂ ਔਰਤਾਂ ਦਾ ਐਗ ਹਨ ਕਈ ਵਾਰੀ ਕੀ ਹੁੰਦਾ ਜੀ ਸਾਰਾ ਕੁਝ ਹੱਲ ਹੁੰਦਾ ਐਗ ਓਵਰੀ ਦੇ ਵਿੱਚੋਂ ਉਹਨੂੰ ਕੈਚ ਨਹੀਂ ਕਰਦਾ ਹੈਗਾ ਸਪਰਮ ਦੇ ਨਾਲ ਨਹੀਂ ਮਿਲਦਾ ਹੈਗਾ ਠੀਕ ਹੈ ਜੀ ਉੱਥੇ ਆ ਕੇ ਇਹਦਾ ਐਡਾ ਮਹਾਨ ਰੋਲ ਹੈ ਨਾ ਇਹ ਐਗ ਜਿਨ੍ਹਾਂ ਦੇ ਓਬਮ ਐਗ ਬਣਦਾ ਵੀ ਨਹੀਂ ਸਹੀ ਢੰਗ ਨਾਲ ਬਣਦਾ ਨਹੀਂ ਹੈਗਾ ਜਾਂ ਕਈ ਕਹਿੰਦੇ ਨੇ ਵੀ ਸਾਡੇ ਆਂਡੇ ਨਹੀਂ ਬਣਦੇ ਜਾਂ ਆਂਡਾ ਪੂਰਾ ਮਚ्योर ਨਹੀਂ ਹੁੰਦਾ ਜਾਂ ਉਹਦੇ ਵਿੱਚ ਪੂਰੀ ਜਾਨ ਨਹੀਂ ਹੈਗੀ ਤਾਕਤ ਨਹੀਂ ਜਾਂ ਆਂਡੇ ਬਣਦਾ ਬਹੁਤ ਘੱਟ ਹੈ ਠੀਕ ਹੈ ਜੀ ਜਦ ਬਣਦਾ ਤੀਜੇ ਚੌਥੇ ਮਹੀਨੇ ਜਾ ਕੇ ਹੈ Ovulation ਪੂਰਾ ਸਹੀ ਢੰਗ ਨਾਲ ਨਹੀਂ ਹੁੰਦਾ ਇਹ ਉਹਦੇ ਵਾਸਤੇ ਤੁਸੀਂ ਇਹ ਕਹਿ ਲਓ ਵੀ ਇੱਕ ਤਰ੍ਹਾਂ ਦੀ ਅੰਮ੍ਰਿਤ ਵਰਗੀ ਬੂਟੀ ਹੈ ਜੀ ਇਹ ਐਦਾਂ ਦੀ ਚੀਜ਼ਾਂ ਪਰ ਲੋਕ ਇਹਨਾਂ ਨੂੰ ਚੀਜ਼ਾਂ ਨੂੰ ਖਾਣ ਨੂੰ ਅੱਜ ਕੱਲ ਨਫ਼ਰਤ ਮੰਨਦੇ ਆ ਹਨਾ ਉਹ ਕਹਿ ਲਓ ਵੀ ਕੌੜੀਆਂ ਗੱਲਾਂ ਤੇ ਕੌੜੀਆਂ ਬੂਟੀਆਂ ਹੀ ਸਾਡੇ ਸਰੀਰ ਨੂੰ ਫਿੱਟ ਰੱਖ ਸਕਦੀਆਂ ਤੇ ਆ ਆ ਕੀ ਰੱਖਿਆ ਜੀ ਇਹ ਸਰ ਸ਼ਿਵਲਿੰਗੀ ਬੀਜ ਹੈ ਕਿਹੜਾ ਬੀਜੀ ਸ਼ਿਵਲਿੰਗੀ ਬੀਜ ਬੀਜਾਂ ਦਾ ਨਾਮ ਵੀ ਇਸੇ ਕਰਕੇ ਸ਼ਿਵਲਿੰਗ ਹਾਂਜੀ ਸ਼ਿਵਲਿੰਗ ਇਸੇ ਕਰਕੇ ਉਹਨਾਂ ਦਾ ਨਾਮ ਹੈ ਕਿਉਂਕਿ ਇਹ ਗਰਭ ਧਾਰਨ ਦੇ ਵਿੱਚ ਬਹੁਤ ਬੜਾ ਰੋਲ ਅਦਾ ਕਰਦੇ ਆ ਇਸ ਤਰ੍ਹਾਂ ਦਾ ਕੀ ਹੈ ਜੀ ਇਹਨਾਂ ਚ ਬਸ ਇਹ ਤੁਸੀਂ ਕਹਿ ਲਓ ਕੁਦਰਤ ਹੈ ਕੁਦਰਤ ਨੂੰ ਆਪਾਂ ਬੋ ਨਹੀਂ ਕਰ ਸਕਦੇ ਵੀ ਹਾਂ ਇਸ ਤਰ੍ਹਾਂ ਦਾ ਇਹ ਆਮ ਮਿਲ ਜਾਂਦੇ ਨੇ ਜੀ ਇਹ ਬੀਜ ਇਹ ਮਿਲ ਜਾਂਦੇ ਨੇ ਜੀ ਪਰ ਇਹਨਾਂ ਨੂੰ ਦੇਖੋ ਸ਼ੁੱਧ ਕਰਨਾ ਪੈਂਦਾ ਹੈਗਾ ਹਨਾ ਸ਼ੁੱਧ ਕਰਕੇ ਫਿਰ ਹੀ ਇਹਨਾਂ ਦੀਆਂ ਜੜੀਆਂ ਜੜੀਆਂ ਦਵਾਈਆਂ ਇਹਨਾਂ ਦੀਆਂ ਬਣਦੀਆਂ ਨੇ ਹੈਗੀਆਂ ਸ਼ਿਵਲਿੰਗੀ ਬੀਜ ਦੇਖੋ ਜਿਹੜਾ ਤੁਸੀਂ ਇਹ ਕਹਿ ਲਓ ਵੀ ਜਿਨ੍ਹਾਂ ਦਾ ਨਾਂ ਇਹਦਾ ਦਾ ਠੀਕ ਹੈ ਉਹ ਕਿੰਨੀ ਕੁ ਮਹਾਨਤਾ ਵਾਲੀ ਚੀਜ਼ ਹੋਊਗੀ ਹੁਣ ਤੁਸੀਂ ਇਹ ਦੇਖੋ ਇਹ ਪੁੱਤਰ ਜੀਵਕ ਹੈ ਠੀਕ ਹੈ ਨਾ ਜੀ ਪੁੱਤਰ ਜੀਵਕ ਜਿਹਦਾ ਨਾਂ ਇਹਨਾਂ ਪਵਿੱਤਰ ਹੈ ਰੂਹ ਹੈ ਤੁਸੀਂ ਉਹ ਇਹ ਕਹਿ ਲਓ ਵੀ ਤੁਸੀਂ ਉਹ ਾਲਾਦ ਪੈਦਾ ਕਿਵੇਂ ਨਹੀਂ ਕਰੋਗਾ ਠੀਕ ਸਾਡੇ ਬਜ਼ੁਰਗਾਂ ਨੇ ਨਾਮ ਹੀ ਉਦਾਂ ਦੇ ਰੱਖੇ ਹੋਏ ਨੇ ਸਾਡੇ ਪੁਰਾਣੇ ਵੈਦਾਂ ਨੇ ਨਾਮ ਹੀ ਉਦਾਂ ਦੇ ਰੱਖੇ ਹੋਏ ਨੇ ਤੁਸੀਂ ਦੇਖੋ ਵੀ ਤੁਸੀਂ ਉਹਨਾਂ ਨੇ ਤਜਰਬੇ ਇਕੱਠੇ ਕੇ ਨਾਮ ਹੀ ਉਦਾਂ ਦੇ ਰੱਖੇ ਨੇ ਹੁਣ ਤੁਸੀਂ ਦੇਖੋ ਇਹ ਭੰਗ ਦੇ ਬੀਜ ਬੰਦਾ ਆਮ ਕਹਿੰਦਾ ਜੀ ਇਹ ਤਾਂ ਨਸ਼ਾ ਕਰ ਦਣਗੇ ਵਾਹ ਕਰ ਦਣਗੇ ਪਰ ਇਹ ਪ੍ਰੈਗਨੈਂਸੀ ਕਰਾਉਣ ਦੇ ਵਿੱਚ ਐਡਾ ਇੱਕ ਰੋਲ ਅਦਾ ਕਰਦੇ ਨੇ ਨਾ ਜਿਨ੍ਹਾਂ ਔਰਤਾਂ ਦੇ ਮੈਂ ਕਹਿੰਦਾ ਵੀ ਬਾਰ-ਬਾਰ ਬੱਚਾ ਗਿਰ ਜਾਂਦਾ ਹੈ ਗਰਭਪਾਤ ਹੋ ਜਾਂਦਾ ਹੈ ਵੀ ਬੱਚਾ ਕਨਸੀਵ ਵੀ ਹੋ ਜਾਂਦਾ ਪਰ ਬਾਰ-ਬਾਰ ਜਿਨ੍ਹਾਂ ਔਰਤਾਂ ਦੇ ਗਰਭ ਠਹਿਰ ਹੋਈ ਨਹੀਂ ਹੁੰਦਾ ਠਹਿਰ ਕੇ ਖਰਾਬ ਹੋ ਜਾਂਦਾ 2-3 ਮਹੀਨੇ ਬਾਅਦ ਮੈਂ ਕਹਿੰਦਾ ਭੰਗ ਦੇ ਬੀਜ 1 ਮਹੀਨਾ ਖਲਾ ਦਿਓ ਖਾਲੀ ਪੇਟ 1 ਗ੍ਰਾਮ ਜੇ ਮੁੜ ਕੇ ਗਰਭਪਾਤ ਹੋ ਗਿਆ ਤੁਸੀਂ ਤਾਂ ਆਈ ਸਿੱਧੇ ਖਲਾਉਣੇ ਨਹੀਂ ਜੀ ਇਹ ਕਿੰਨੇ ਦਾ ਚੂਰਨ ਬਣਾ ਕੇ 1 ਗ੍ਰਾਮ ਦੇਣਾ ਜਿਨ੍ਹਾਂ ਔਰਤਾਂ ਦਾ ਬੱਚਾ ਗਰਭ ਠਹਿਰ ਨਹੀਂ ਰਿਹਾ ਬਲੀਡਿੰਗ ਹੋ ਜਾਂਦੀ ਹੈ ਹਰ ਤੀਜੇ ਚੌਥੇ ਮਹੀਨੇ 1 ਗ੍ਰਾਮ ਉਹਨਾਂ ਨੂੰ ਖਾਲੀ ਪੇਟ ਖਵਾ ਦਿਓ ਮੁੜ ਕੇ ਗਰਭਪਾਤ ਨਹੀਂ ਹੋਊਗਾ ਇਸ ਗੱਲ ਦੀ ਗਰੰਟੀ ਹੈ ਭੰਗ ਦੇ ਵਿੱਚ ਇੰਨੀ ਇੰਨੀ ਇਹਨਾਂ ਦੇ ਵਿੱਚ ਸ਼ਕਤੀ ਹੈ ਇੰਨੀ ਤਾਕਤ ਹੈ ਲੋਕ ਕਹਿੰਦੇ ਆ ਜੋ ਨਸ਼ਾ 1% ਵੀ ਨਿਸ਼ਾਨੀ ਹੋਣਾ ਸੀ मुट्ठी ਭਰ ਕੇ ਖਾ ਕੇ ਦਿਖਾ ਦਿੰਨੇ ਆ ਇੰਨੀ ਮਤਲਬ ਤਾਕਤ ਵਾਲੀ ਬੱਚੇਦਾਨੀ ਨੂੰ ਇੰਨਾ ਕੁ ਜ਼ਿਆਦਾ ਸਟਰੋਂਗ ਬਣਾ ਦਿੰਨੇ ਆ ਉਸ ਤੋਂ ਬਾਅਦ ਆਹ ਵਦਾਰੀ ਗੰਧ ਆ ਜਾਂਦਾ ਇਹ ਇੰਨਾ ਕੁ ਰੋਲ ਅਦਾ ਕਰਦਾ ਹੈ ਨਾ ਮਤਲਬ ਗਰਭ ਦੇ ਵਿੱਚ ਵਰਚਾ ਰੋਕਣ ਵਾਸਤੇ ਜਿੰਨਾ ਔਰਤਾਂ ਦੇ ਮਤਲਬ ਪਾਣੀ ਜ਼ਿਆਦਾ ਪੀ ਜਾਂਦਾ ਹੈ ਬੱਚੇਦਾਨੀ 'ਚ ਗਰਮੀ ਹੋ ਜਾਂਦੀ ਹੈ ਗਰਮੀ ਹੋਣ ਕਰਕੇ ਅੱਜ ਕੱਲ 99% ਔਰਤਾਂ ਦੇ ਗਰਮੀ ਹੋਣ ਕਰਕੇ ਬੱਚਾ ਨਹੀਂ ਠਹਿਰ ਰਿਹਾ ਤੁਸੀਂ ਆਹ ਜਿਹੜਾ ਬਦਾਰਾ ਕੰਦ ਹੈ ਇਹਨੂੰ ਤੁਸੀਂ ਖਿਲਾ ਦਿਓ ਇੱਕ ਚਮਚ ਰਾਤ ਨੂੰ ਦੁੱਧ ਨਾਲ ਦੇ ਦਿਓ ਉਸੇ ਜਿਹੜੇ ਦੁੱਧ ਨਾਲ ਮੈਂ ਕਹਿੰਦਾ ਸਵਾਲ ਨਹੀਂ ਪੈਦਾ ਹੁੰਦਾ ਵੀ ਕਿਸੇ ਦੇ ਪ੍ਰੈਗਨੈਂਸੀ ਨਾ ਹੋਵੇ ਇੰਨੀਆਂ ਕਮਾਲ ਦੀਆਂ ਚੀਜ਼ਾਂ ਪਰ ਗੱਲ ਇਹ ਆ ਵੀ ਜਿਹੜੇ ਲੋਕ ਖਾਣ ਦਾ ਸ਼ੌਂਕ ਰੱਖਦੇ ਆ ਕਈ ਬੰਦੇ ਹੁਣ ਦੇਖੋ ਇਹਦੇ ਵਿੱਚ ਇਹ ਵੀ ਹੁੰਦੇ ਆ ਵੀ ਹਾਂ ਯਾਰੋ ਅਸੀਂ ਉੱਥੇ ਵੀ ਦਵਾਈਆਂ ਖਾਲੀਆਂ ਉੱਥੇ ਵੀ ਖਾਲੀਆਂ ਇੱਥੇ ਵੀ ਖਾਲੀਆਂ ਅੱਕ ਗਏ ਵੀ ਹੁਣ ਇੱਥੇ ਵੀ ਜਾ ਕੇ ਦੇਖ ਲਈਏ ਨਾ ਉਹ ਚੀਜ਼ ਨਹੀਂ ਜਦ ਤੱਕ ਦੇਖੋ ਵਿਸ਼ਵਾਸ ਨਹੀਂ ਬਣਦਾ ਹੈਗਾ ਜਦ ਤੱਕ ਕੋਈ ਹੱਲ ਨਹੀਂ ਹੁੰਦਾ ਵਿਸ਼ਵਾਸ ਸਭ ਤੋਂ ਵੱਡੀ ਚੀਜ਼ ਹੈ ਜੀ ਜੀ ਤੇ ਫਿਰ ਜਿਹੜੇ ਪੁੱਤਰ ਬੀਜ ਤੁਸੀਂ ਲਿਖੇ ਨੇ ਇਹ ਇਹ ਕਿਵੇਂ ਕੰਮ ਕਰਦੇ ਨੇ ਜੀ ਇਹ ਸਾਰ ਇਹ ਇਦਾਂ ਦਾ ਕੰਮ ਕਰਦੇ ਆ ਵੀ ਪ੍ਰੈਗਨੈਂਸੀ ਹੁਣ ਦੇਖੋ ਅਸੀਂ ਸਾਰਾ ਫਾਰਮੂਲਾ ਇਹ ਸ਼ੁੱਧ ਕਰਕੇ ਠੀਕ ਹੈ ਜੀ ਸ਼ਾਰ ਇਹਨੂੰ ਦੇਖੋ ਇਹ ਇਹ ਨਹੀਂ ਹੈਗਾ ਹੁਣ ਤੁਸੀਂ ਇਹ ਦੇਖੋ ਕਿੰਨਾ ਹਾਰਡ ਹੈ ਇਹਨੂੰ ਕੱਢ ਕੇ ਪਹਿਲਾਂ ਇਹਦੀ ਗਿਰੀ ਕੱਢਣੀ ਪੈਂਦੀ ਹੈ ਇਹਦੇ ਵਿੱਚੋਂ ਅੱਛਾ ਪੁੱਤਰ ਵਿੱਚੋਂ ਹਾਂਜੀ ਇਹਦੀ ਗਿਰੀ ਕੱਢ ਕੇ ਜੀ ਫਿਰ ਇਹਨੂੰ ਸ਼ੁੱਧ ਕਰਨਾ ਹੈ ਫਿਰ ਇਹਦਾ ਮਿਕਸ ਕਰਕੇ ਦੇਖੋ ਆ ਅਸੀਂ ਇੱਕ ਸਾਡਾ ਗਰਭ ਧਾਰਕ ਜੋਗ ਹੈ ਇਹ ਜੋਗ ਦਾ ਮਤਲਬ ਹੁੰਦਾ ਹੈ ਵੀ ਤੁਸੀਂ ਕਾਫੀ ਜੜੀਆਂ ਬੂਟੀਆਂ ਇਕੱਠੀਆਂ ਕਰਕੇ ਉਹਨਾਂ ਨੂੰ ਮਿਕਸ ਕਰਕੇ ਕੋਈ ਫਾਰਮੂਲਾ ਬਣਾਉਣਾ ਉਹਨੂੰ ਫਾਰਮੂਲੇ ਨੂੰ ਆਯੁਰਵੇਦ ਦੇ ਵਿੱਚ ਕਹਿੰਦੇ ਆ ਯੋਗ ਯੋਗ ਬਣਾਉਣਾ ਜਦੋਂ ਤੁਸੀਂ ਦੇਖੋ ਹੁਣ ਇਹ ਇਹ ਬਣਾਉਣਾ ਕਿਵੇਂ ਹੈ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਪ੍ਰਾਣਾ ਘੱਟ ਤੋਂ ਘੱਟ 10 ਸਾਲ ਪੁਰਾਣਾ ਗੁੜ ਹੋਣਾ ਹੈ ਜਿਹੜਾ ਐਨ ਅਫੀਮ ਵਰਗਾ ਕਾਲਾ ਹੋ ਜਾਂਦਾ ਉਹ ਉਹ ਕੌੜਾ ਵੀ ਬਹੁਤ ਹੋ ਜਾਂਦਾ ਉਹਦੇ ਵਿੱਚ ਇਹ ਗੋਲੀਆਂ ਵਟਦੇ ਆ ਫਿਰ ਇਹ ਅਸੀਂ ਲਗਭਗ 10 ਦਿਨ ਇਹ ਖਵਾਉਨੇ ਆ ਜਦੋਂ ਔਰਤ ਨੂੰ ਮਹਾਵਾਰੀ ਆ ਕੇ ਬੰਦ ਹੋ ਜਾਂਦੀ ਹੈ ਨਾ ਉਸ ਤੋਂ ਅਗਲੇ ਦਿਨ ਅਸੀਂ ਸ਼ੁਰੂ ਕਰਦੇ ਆ ਇਹ ਅੱਛਾ ਤੇ ਲਗਭਗ ਅਸੀਂ ਇਹ 11 ਦਿਨ ਫਾਰਮੂਲਾ ਜੰਨੇ ਆ ਸਿਰਫ ਅੱਛਾ ਬੰਦਾ ਕਈ ਵਾਰੀ ਕਹ ਦਿੰਦਾ ਯਾਰ ਅਸੀਂ ਤਾਂ 5 ਸਾਲ 4 ਸਾਲ ਦਵਾਈਆਂ ਖਾ ਕੇ ਅੱਕ ਚੁੱਕੇ ਆ ਪਰ ਸਿਰਫ ਅਸੀਂ 11 ਦਿਨੇ ਖੁਲਾਉਣੇ ਆ ਜੀ ਇਹ ਤਾਂ ਲਗਭਗ ਜੀ ਤੁਸੀਂ ਇਹ ਕਹਿ ਲਓ ਵੀ 99% ਲੋਕਾਂ ਦੇ ਪ੍ਰੈਗਨੈਂਸੀ ਹੁੰਦੀ ਉਹ ਹੁੰਦੀ ਆ ਸਾਨੂੰ ਐਡਾ ਮਤਲਬ ਯਕੀਨ ਆ ਇਦਾਂ ਸਾਡਾ ਤਜਰਬਾ ਮਤਲਬ ਤੁਸੀਂ ਇਹ ਜਿਹੜੀਆਂ ਸਾਰੀਆਂ ਜਿਹੜੀ ਬੂਟੀਆਂ ਨੇ ਜਿਹੜੀਆਂ ਚਾਹ ਪੁੱਤਰ ਬੀਜੋਗੇ ਚਾਹ ਸ਼ਿਵਲਿੰਗ ਹੋ ਗਿਆ ਇਆ ਫਿਰ ਭੰਗ ਦੇ ਬੀਜ ਹੋ ਗਏ ਤੇ ਜਾਂ ਫਿਰ ਇਹ ਪੀਪਲ ਦੀ ਜਿਹੜੀ ਦਾੜੀ ਹੈ ਇਹ ਸਾਰਿਆਂ ਦਾ ਮਿਕਸ ਕਰਕੇ ਇੱਕ ਚੰਗਾ ਤਗੜਾ ਯੋਗ ਬਣਾਇਆ ਯੋਗ ਬਣਾਇਆ ਜੀ ਯੋਗ ਬਣਾਇਆ ਤੇ ਸਾਡਾ ਫਾਰਮੂਲੇਸ਼ਨ ਹੈ ਤਾਂ ਇਹਦੇ ਨਾਲ ਹੁੰਦੀ ਪ੍ਰੈਗਨਸੀ ਹੁੰਦੀ ਉਹ ਹੁੰਦੀ ਆ ਤੁਸੀਂ ਇਹ ਕਹਿ ਲਓ ਜਿਹੜਾ ਬੰਦਾ ਕਹਿੰਦਾ ਫਿਰ ਵੀ ਨਹੀਂ ਮੰਨ ਲਓ ਵੀ 8-10 ਦਿਨ ਚ ਸਾਨੂੰ ਰਿਜ਼ਲਟ ਨਹੀਂ ਮਿਲਿਆ ਤਾਂ ਉਹਨੂੰ ਅਸੀਂ ਇਹ 3 ਮਹੀਨੇ ਖਵਾਉਨੇ ਆ 3 ਮਹੀਨੇ ਖਵਾਉਣ ਦੇ ਨਾਲ 100% ਜਿਹੜੀ ਪ੍ਰੈਗਨਸੀ ਹੁੰਦੀ ਉਹ ਹੁੰਦੀ ਆ ਪਰ ਬੰਦਾ ਵਿਸ਼ਵਾਸ ਕਰਕੇ ਔਰ ਪਰਹੇਜ਼ ਰੱਖ ਕੇ ਖਾਣ ਵਾਲਾ ਚਾਹੀਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਵੈਜ ਜੀ ਸਾਰੀ ਗੱਲਬ ਤੁਸੀਂ ਬੜੀ ਕੀਮਤੀ ਜਾਣਕਾਰੀ ਤੁਸੀਂ ਅੱਜ ਦਿੱਤੀ ਹੈ ਆਪਣੇ ਜਾਣਕਾਰੀ ਦੇ ਖਜ਼ਾਨਿਆਂ ਚ ਤੁਸੀਂ ਖਜ਼ਾਨਾ ਲੈ ਕੇ ਆਏ ਹੋ ਜੀ ਜੀ ਬਿਲਕੁਲ ਜੀ ਧੰਨਵਾਦ ਤੁਹਾਡਾ ਬਹੁਤ ਜੀ ਸੋ ਇਹ ਹਨ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਦ ਜਗਰੂਪ ਸਿੰਘ ਭੰਗੂ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜੀ ਇਹ ਦਾੜੀ ਹੈਗੀ ਹੈ ਪੀਪਲ ਦੀ ਜਾਂ ਸ਼ਿਵਲਿੰਗ ਬੀਜ ਹੋਗੇ ਔਰ ਭੰਗ ਦੇ ਬੀਜ ਹੋਗੇ ਪੁੱਤਰ ਬੀਜ ਹੋਗੇ ਇਹਨਾਂ ਦੇ ਨਾਲ ਇਹਨਾਂ ਦੇ ਮਿਸ਼ਰਣ ਦੇ ਨਾਲ ਕਿਵੇਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਖੁਸ਼ੀਆਂ ਜਿਹੜੀਆਂ ਉਹ ਪਲੱਸ ਕਰ ਸਕਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲਿਆ ਸਕਦੇ ਆ ਘਰ ਦੇ ਵਿੱਚ ਔਲਾਦ ਨਾ ਹੋਣ ਕਰਕੇ ਜਿਹੜੇ ਲੜਾਈ ਝਗੜੇ ਨੇ ਉਹ ਖਤਮ ਕਰ ਸਕਦੇ ਆ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਤੁਸੀਂ ਸਾਡੇ ਜਿਹੜਾ ਆ ਨੰਬਰ ਹੈਗਾ ਅਸੀਂ ਉਹ ਨੰਬਰ ਚਲਾ ਰੱਖਿਆ ਹੈ ਡਾਕਟਰ ਜਗਰੂਪ ਸਿੰਘ ਪੰਗੂ ਨੇ ਜਿਹੜੇ ਉੱਚਾ ਪਿੰਡ ਸੰਘੋਲ ਬੈਠਦੇ ਨੇ ਔਰ ਐਤਵਾਰ ਨੂੰ ਜੇਕਰ ਤੁਸੀਂ ਮਿਲਣਾ ਹੋਵੇ ਤਾਂ ਇਹ ਲੁਧਿਆਣਾ ਦੇ ਦੁੱਗਰੀ ਵਾਲੀ ਮਾਰਕੀਟ ਦੇ ਵਿੱਚ ਬੈਠਦੇ ਨੇ ਫੇਸ ਬੰਦੇ ਨਾਲ ਫਿਰਨੀ ਪੈਂਦੀ ਹੈ ਦੁੱਗਰੀ ਪਿੰਡ ਦੀ ਤੇ ਉੱਥੇ ਇਹਨਾਂ ਨੂੰ ਆਪਾਂ ਐਤਵਾਰ ਵਾਲੇ ਦਿਨ ਮਿਲ ਸਕਦੇ ਹਾਂ ਵੀਰਵਾਰ ਨੂੰ ਉੱਚਾ ਪਿੰਡ ਸੰਘੋਲ ਜਿਹੜੀ ਉਹ ਛੁੱਟੀ ਰਹਿੰਦੀ ਹੈ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਫਿਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟ ਜ਼ਰੀਏ ਆਪਣੇ ਸਵਾਲਾਂ ਦੀ ਆਪਣੇ ਮਨ ਦੀ ਤ੍ਰਿਪਤੀ ਹੈ ਜਿਹੜੀ ਉਹ ਕਰ ਸਕਦੇ ਹੋ ਧੰਨਵਾਦ